ਮੈਂ ਸੈਲਿਸਟੀਨਾ ਰਮੇਸ਼, ਅੰਮ੍ਰਿਤਸਰ ਤੋਂ ਰਹਿਣ ਵਾਲੀ ਹਾਂ, ਔਰ ਮੈਂ ਸਾਰਿਆਂ ਨੂੰ ਆਪਣੇ ਚਰਚ ਦੇ ਵੱਲੋਂ ਜਾਂ ਅੰਮ੍ਰਿਤਸਰ ਵੱਲੋਂ ਔਰ ਆਪਣੇ ਪਰਿਵਾਰ ਵੱਲੋਂ ਸਾਰਿਆਂ ਨੂੰ ਕ੍ਰਿਸਮਸ ਦੀ, ਵੱਡੇ ਦਿਨ ਦੀ ਅਤੇ ਨਵੇਂ ਸਾਲ ਦੀ ਵਧਾਈ ਦਿੰਦੀ ਹਾਂ। ਮੈਂ ਪਰਮੇਸ਼ੁਰ ਦਾ ਧੰਨਵਾਦ ਕਰਦੀ ਹਾਂ ਕਿ ਅੱਜ ਦਾ ਦਿਨ ਸਾਰੀ ਦੁਨੀਆ ਵਿੱਚ ਮਨਾਇਆ ਜਾ ਰਿਹਾ ਹੈ ਔਰ ਯਿਸੂ ਮਸੀਹ ਦੇ ਆਉਣ ਦੀ ਖੁਸ਼ੀ ਵਿੱਚ ਸਾਰੇ ਲੋਕ ਆਪਣੇ ਆਪ ਨੂੰ ਬੜੇ ਖੁਸ਼ ਨੇ। ਪਰ ਮੈਂ ਇੱਕ ਗੱਲ ਕਹਿਣ ਚਾਹਵਾਂਗੀ ਕਿ ਪਰਮੇਸ਼ੁਰ ਯਿਸੂ ਮਸੀਹ ਇੱਕ ਇਨਸਾਨ ਜਾਂ ਕੁਛ ਨਹੀਂ, ਉਹ ਖੁਦ ਖੁਦਾ ਸੀ ਜਿਨ੍ਹਾਂ ਨੇ ਪਰਮੇਸ਼ੁਰ ਇਨਸਾਨ ਦਾ ਰੂਪ ਧਾਰਨ ਕੀਤਾ ਔਰ ਸਾਡੇ ਵਿੱਚ ਉਹਨਾਂ ਨੇ ਡੇਰਾ ਕੀਤਾ। ਔਰ ਅੱਜ ਦਾ ਦਿਨ ਤੁਸੀਂ ਆਪਣੇ ਦਿਲਾਂ ਵਿੱਚ ਉਹਨੂੰ ਜਗ੍ਹਾ ਦਿਓ, ਆਪਣੇ ਦਿਲਾਂ ਵਿੱਚ ਉਹਨਾਂ ਨੂੰ ਜਨਮ ਦਿਓ ਤਾਂ ਕਿ ਤੁਸੀਂ ਆਉਣ ਵਾਲੇ ਜੀਵਨ ਵਿੱਚ, ਕਿਉਂਕਿ ਇੱਕੋ ਹੀ ਨਾਮ ਧਰਤੀ ਉੱਤੇ ਹੈ ਔਰ ਉਹਦੇ ਇਲਾਵਾ ਹੋਰ ਵੀ ਕੋਈ ਨਾਮ ਨਹੀਂ ਜਿਹਦੇ ਦੁਆਰਾ ਅਸੀਂ ਉਧਾਰ ਪਾਈਏ। ਯਿਸੂ ਮਸੀਹ ਨੇ ਜੀਵਨ ਧਾਰਨ ਕੀਤਾ, ਸਾਡੇ ਵਿੱਚ ਇਸ ਲਈ ਆਏ ਨੇ ਤਾਂ ਕਿ ਅਸੀਂ ਪਾਪ ਤੋਂ, ਸ਼ੈਤਾਨ ਤੋਂ ਅਤੇ ਮ੍ਰਿਤਿਉ ਤੋਂ ਹਮੇਸ਼ਾ ਦੇ ਵਾਸਤੇ ਅਸੀਂ ਰਿਹਾਈ ਪਾਈਏ ਔਰ ਅਨੰਤ ਦਾ ਜੀਵਨ ਪਾਈਏ। ਯਿਸੂ ਮਸੀਹ ਕਹਿੰਦੇ ਇਹ ਥੱਕੇ ਅਤੇ ਬੋਝ ਅਤੇ ਦਬੇ ਹੋਏ ਲੋਕੋ ਮੇਰੇ ਕੋਲ ਆਓ, ਮੈਂ ਤੁਹਾਨੂੰ ਆਰਾਮ ਦੇਵਾਂਗਾ। ਕੌਣ ਨਹੀਂ ਥੱਕਿਆ, ਕੌਣ ਨਹੀਂ ਹਾਰਿਆ, ਕੌਣ ਨਹੀਂ ਦੱਬਿਆ ਹੋਇਆ? ਅਸੀਂ ਸਾਰੇ ਥੱਕੇ, ਹਾਰੇ ਅਤੇ ਦੱਬੇ ਹੋਏ ਹਾਂ ਆਪਣੀਆਂ ਹੀ ਕਮਜ਼ੋਰੀਆਂ ਦੇ ਵਿੱਚ, ਪਰ ਪਰਮੇਸ਼ੁਰ ਦਾ ਧੰਨਵਾਦ ਕਿ ਉਹ ਖੁਦ ਇਨਸਾਨ ਬਣ ਕੇ ਆਇਆ ਔਰ ਸਾਨੂੰ ਇਹ ਮੌਕਾ ਦਿੱਤਾ ਕਿ ਅਸੀਂ ਉਹਨੂੰ ਜਾਣੀਏ ਔਰ ਅਸੀਂ ਆਪਣੇ ਗੁਨਾਹਾਂ ਤੋਂ ਮਾਫ਼ੀ ਪਾਈਏ ਔਰ ਅਸੀਂ ਅਨੰਤ ਜੀਵਨ ਪਾਈਏ ਔਰ ਇਸ ਧਰਤੀ ਉੱਤੇ ਵੀ ਸਾਰੇ ਅਨੰਤ ਜੀਵਨ ਪਾ ਸਕੀਏ। ਪ੍ਰਭੂ ਦਾ ਧੰਨਵਾਦ ਹੋਏ ਇਸ ਦਿਨ ਦੇ ਵਾਸਤੇ। ਸਭ ਨੂੰ ਜੈ ਮਸੀਹ ਦੀ ਔਰ ਸਭ ਨੂੰ ਬੜਾ ਦਿਨ ਅਤੇ ਨਵਾਂ ਸਾਲ ਮੁਬਾਰਕ ਹੋਏ।